ਧੂਰੀ ਦੇ ਵਿੱਚ ਇੱਕ ਖੌਫਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਆ। ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪੁਜਾਰੀਆਂ ਦੇ ਵੱਲੋਂ ਮੰਦਰ ਦੇ ਵਿੱਚ ਇੱਕ 33 ਸਾਲ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਅਤੇ ਮ੍ਰਿਤਕ ਸਰੀਰ ਹਵਨ ਕੁੰਡ ਦੇ ਵਿੱਚੋਂ ਪੁਲਿਸ ਨੂੰ ਬਰਾਮਦ ਹੋਇਆ। ਤਾਂ ਖੌਫਨਾਕ ਘਟਨਾ ਨੂੰ ਅੰਜਾਮ ਪੁਜਾਰੀਆਂ ਦੇ ਵੱਲੋਂ ਮੰਦਰ ਦੇ ਵਿੱਚ ਦਿੱਤਾ ਗਿਆ। ਅਸੀਂ ਇਸ ਵਕਤ ਮੰਦਰ ਦੇ ਸਾਹਮਣੇ ਮੌਜੂਦ ਹਾਂ। ਸ਼੍ਰੀ ਸਿੱਧ ਪੀਠ ਬਗਲਾਮੁਖੀ ਮੰਦਰ ਹੈਗਾ ਧੂਰੀ, ਜਿਹੜਾ ਇਸ ਵਕਤ ਤੁਹਾਨੂੰ ਜਿਹਦੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ। ਤਾਂ ਬਹੁਤ ਜ਼ਿਆਦਾ ਖੌਫਨਾਕ ਘਟਨਾ, ਵੱਡੀ ਘਟਨਾ ਕਿ ਪੁਜਾਰੀਆਂ ਦੇ ਵੱਲੋਂ ਹੀ ਮੰਦਰ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਤਸਵੀਰਾਂ ਤੁਹਾਨੂੰ ਅਸੀਂ ਅੰਦਰ ਦੀਆਂ ਦਿਖਾ ਰਹੇ ਹਾਂ ਕਿਉਂਕਿ ਪੁਲਿਸ ਦੇ ਵੱਲੋਂ ਲਗਾਤਾਰ ਉਸੀ ਵਕਤ ਤੋਂ ਜਿਹੜਾ ਹੈਗਾ ਮੰਦਰ ਆ ਇਹਨੂੰ ਸੀਲ ਕਰ ਦਿੱਤਾ ਗਿਆ, ਇਹਦੇ ਅੱਗੇ ਤਾਲਾ ਲਗਾ ਦਿੱਤਾ ਗਿਆ ਤਾਂ ਜੋ ਕਿਸੇ ਵੀ ਕਿਸਮ ਦੇ ਸਬੂਤਾਂ ਦੇ ਨਾਲ ਛੇੜਛਾੜ ਨਾ ਹੋਵੇ। ਪਰ ਖੌਫਨਾਕ ਘਟਨਾ ਇਹ ਆ ਕਿ ਜਿਹੜਾ ਇਹ ਨੌਜਵਾਨ ਆ 2 ਤਰੀਕ ਨੂੰ ਤਕਰੀਬਨ 2:30 ਵਜੇ ਦੁਪਹਿਰੇ ਆਪਣੇ ਘਰ ਤੋਂ ਮੰਦਰ ਦੇ ਵਿੱਚ ਆਉਂਦਾ ਤਾਂ ਜਦੋਂ ਵਾਪਸ ਨਹੀਂ ਜਾਂਦਾ ਤਾਂ ਪਰਿਵਾਰ ਦੇ ਵੱਲੋਂ ਲਗਾਤਾਰ ਆਪਣੇ ਨੌਜਵਾਨ ਬੱਚੇ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ। ਪਰ ਜਦੋਂ ਨਹੀਂ ਮਿਲਦਾ ਪੁਲਿਸ ਦੇ ਕੋਲ FIR ਦਰਜ ਕਰਵਾਈ ਜਾਂਦੀ ਹੈ ਤਾਂ ਜਾ ਕੇ ਕਿਤੇ ਸਰਚ ਜਿਹੜਾ ਅਭਿਆਨ ਆ ਸ਼ੁਰੂ ਹੁੰਦਾ। ਪਰ ਮੰਦਰ ਦੇ ਕੈਮਰੇ ਬੰਦ ਨੇ, ਮੰਦਰ ਦੇ ਪੁਜਾਰੀਆਂ ਦੇ ਵੱਲੋਂ ਕਿਹਾ ਜਾਂਦਾ ਕਿ ਸਾਡੇ ਕੋਲ ਨੌਜਵਾਨ ਨਹੀਂ ਆਇਆ, ਪਰ ਸਾਹਮਣੇ ਜਿਹੜੀ ਉਹ ਫੈਕਟਰੀ ਹੈਗੀ ਹੈ ਕਿਤੇ ਨਾ ਕਿਤੇ ਜਦੋਂ ਪੁਲਿਸ ਦੇ ਵੱਲੋਂ ਸਰਚ ਕੀਤੀ ਜਾਂਦੀ ਆ ਤਾਂ ਫੈਕਟਰੀ ਦੇ ਕੈਮਰਿਆਂ ਤੋਂ ਪਤਾ ਲੱਗਦਾ ਕਿ ਤਕਰੀਬਨ 2:30 ਵਜੇ ਦੇ ਲਗਭਗ ਉਹ ਜਿਹੜਾ ਨੌਜਵਾਨ ਹੈਗਾ ਮੰਦਰ ਦੇ ਵਿੱਚ ਆਇਆ। ਤਾਂ ਪੁਜਾਰੀਆਂ ਦੇ ਉੱਪਰ ਸ਼ੱਕ ਜਾਂਦਾ, ਪੁਜਾਰੀਆਂ ਤੋਂ ਇਨਵੈਸਟੀਗੇਸ਼ਨ ਕੀਤੀ ਜਾਂਦੀ ਆ ਤਾਂ ਪੁਜਾਰੀਆਂ ਦੇ ਚਿਹਰੇ ਤੋਂ ਹਾਵ ਭਾਵ ਤੋਂ ਪੁਲਿਸ ਨੂੰ ਸ਼ੱਕ ਹੋ ਜਾਂਦਾ। ਤਾਂ ਜਦੋਂ ਉਹਨਾਂ ਨਾਲ ਸਖਤੀ ਵਰਤੀ ਜਾਂਦੀ ਆ ਤਾਂ ਕਿਤੇ ਨਾ ਕਿਤੇ ਸਾਫ਼ ਸਾਫ਼ ਉਹਨਾਂ ਦੇ ਵੱਲੋਂ ਮੰਨ ਲਿਆ ਜਾਂਦਾ ਕਿ ਸਾਡੇ ਵੱਲੋਂ ਹੀ ਉਹ 33 ਸਾਲਾ ਨੌਜਵਾਨ ਦੀ ਹੱਤਿਆ ਨੂੰ ਅੰਜਾਮ ਦਿੱਤਾ ਗਿਆ। ਤਾਂ ਹਵਨ ਕੁੰਡ ਦੇ ਵਿੱਚੋਂ ਉਸ ਨੌਜਵਾਨ ਦੀ ਲਾਸ਼ ਮਿਲੀ ਆ। ਪਿਤਾ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਪੁਜਾਰੀਆਂ ਦੇ ਉੱਪਰ ਕਿ ਜਿਹੜੇ ਪੁਜਾਰੀ ਨੇ, ਮੈਂ ਆਪਣੇ ਬੱਚੇ ਨੂੰ 10-12 ਸਾਲ ਤੋਂ ਪੁਜਾਰੀਆਂ ਨੂੰ ਹੀ ਸਮਰਪਿਤ ਕੀਤਾ ਹੋਇਆ ਸੀ। ਉਹ ਨੌਜਵਾਨ ਛੋਟੇ ਛੋਟੇ ਬੱਚਿਆਂ ਨੂੰ ਹਿੰਦੂ ਧਰਮ ਦੀ ਜਿਹੜੀ ਆ ਪੜ੍ਹਾਈ ਕਰਾਉਂਦਾ ਸੀ, ਵੇਦ ਗ੍ਰੰਥਾਂ ਬਾਰੇ ਜਾਣਕਾਰੀ ਦਿੰਦਾ ਸੀ। ਤਾਂ ਪਿਤਾ ਨੇ ਇਲਜ਼ਾਮ ਲਗਾਏ ਨੇ ਕਿ ਜਿਹੜੇ ਪੁਜਾਰੀ ਹੈਗੇ ਨੇ ਉਹ ਪੁਜਾਰੀ ਤਾਂਤਰਿਕ ਵਿੱਦਿਆ ਕਰਦੇ ਸੀ, ਤਾਂ ਤਾਂਤਰਿਕ ਬਲੀ ਹੀ ਮੇਰੇ ਬੇਟੇ ਦੀ ਦਿੱਤੀ ਗਈ ਆ। ਫਿਲਹਾਲ ਪੁਲਿਸ ਦੇ ਵੱਲੋਂ 3 ਪੁਜਾਰੀਆਂ ਨੂੰ ਰਾਊਂਡਅਪ ਕਰ ਲਿਆ ਗਿਆ, ਪੁਜਾਰੀਆਂ ਦੇ ਨਾਲ ਦੇ ਲੋਕਾਂ ਨੂੰ ਰਾਊਂਡਅਪ ਕਰ ਲਿਆ ਗਿਆ। 3 ਜਣੇ ਨੇ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਪੁਲਿਸ ਵੱਲੋਂ ਕੀਤੀ ਜਾ ਰਹੀ ਆ, ਪੁੱਛਤਾਛ ਕੀਤੀ ਜਾ ਰਹੀ ਆ। ਅਸਲ ਕਤਲ ਕਰਨ ਦਾ ਕਾਰਨ ਕੀ ਸੀ ਉਹ ਸਾਰੇ ਕਾਰਨ ਪੁਲਿਸ ਦੇ ਵੱਲੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਗੰਭੀਰ ਮਾਮਲਾ, ਧਰਮ ਦੇ ਨਾਲ ਜੁੜਿਆ ਹੋਇਆ ਮਾਮਲਾ, ਪਰ ਪਿਤਾ ਦੇ ਵੱਲੋਂ ਜਿਹੜੇ ਨੇ ਇਲਜ਼ਾਮ ਇਹ ਲਗਾਏ ਜਾ ਰਹੇ ਨੇ ਕਿ ਤਾਂਤਰਿਕ ਬਲੀ ਮੇਰੇ ਬੇਟੇ ਦੀ ਦਿੱਤੀ ਗਈ ਆ। ਤਾਂ ਇਹ ਉਹ ਮੰਦਰ ਆ ਸ਼੍ਰੀ ਮਾਤਾ ਬਗਲਾਮੁਖੀ ਮੰਦਰ, ਜਿਸ ਦੇ ਵਿੱਚ ਐਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ। 33 ਸਾਲ ਦਾ ਨੌਜਵਾਨ ਜਿਹੜਾ ਕਿ ਇਸ ਮੰਦਰ ਦੇ ਵਿੱਚ 10-12 ਸਾਲ ਤੋਂ ਆਉਂਦਾ ਸੀ, ਉਹਦੇ ਪਰਿਵਾਰ ਨੇ ਇਸ ਮੰਦਰ ਦੇ ਪੁਜਾਰੀਆਂ ਨੂੰ ਹੀ ਗੋਦ ਦਿੱਤਾ ਹੋਇਆ ਸੀ ਆਪਣਾ ਬੇਟਾ। ਛੋਟੇ ਛੋਟੇ ਬੱਚਿਆਂ ਨੂੰ ਹਿੰਦੂ ਧਰਮ ਦੀ ਪੜ੍ਹਾਈ ਕਰਾਉਂਦਾ ਸੀ, ਪਰ ਇਸੀ ਮੰਦਰ ਦੇ ਵਿੱਚ ਪੁਜਾਰੀਆਂ ਦੇ ਵੱਲੋਂ ਉਸਦਾ ਕਤਲ ਕਰ ਦਿੱਤਾ ਗਿਆ ਅਤੇ ਲਾਸ਼ ਨੂੰ ਹਵਨ ਕੁੰਡ ਦੇ ਵਿੱਚ ਦੱਬ ਦਿੱਤਾ ਗਿਆ। ਪੁਲਿਸ ਨੂੰ ਉਸ ਜਗ੍ਹਾ ਤੋਂ ਲਾਸ਼ ਬਰਾਮਦ ਹੋਈ ਆ। ਤਾਂ ਮਾਮਲੇ ਦੀ ਜਾਂਚ ਤੋਂ ਬਾਅਦ ਤਾਲੇ ਲਗਾ ਦਿੱਤੇ ਗਏ ਨੇ, ਮੰਦਰ ਨੂੰ ਸੀਲ ਕਰ ਦਿੱਤਾ ਗਿਆ। ਪਰ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਦਿਖਾਉਂਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਮੰਦਰ ਆ ਜਿਹਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਐਡੀ ਵੱਡੀ ਘਟਨਾ ਇਸ ਮੰਦਰ ਦੇ ਵਿੱਚ ਵਾਪਰੀ ਆ। ਤਾਂ ਇੱਕ ਧਰਮ ਨਾਲ ਜੁੜੀ ਹੋਈ ਵੱਡੀ ਘਟਨਾ ਧੂਰੀ ਦੀ ਆ ਰਹੀ ਆ। ਪੁਜਾਰੀਆਂ ਦੇ ਵੱਲੋਂ ਨੌਜਵਾਨ 33 ਸਾਲ ਦੇ ਮੁੰਡੇ ਨੂੰ ਕਿਤੇ ਨਾ ਕਿਤੇ ਗੰਭੀਰ ਤਰੀਕੇ ਦੇ ਨਾਲ ਕਤਲ ਕਰ ਦਿੱਤਾ ਗਿਆ। ਪਿਤਾ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਤਾਂਤਰਿਕ ਬਲੀ ਹੈ ਜਿਹੜੀ ਉਹ ਮੇਰੇ ਮੁੰਡੇ ਦੀ ਦਿੱਤੀ ਜਾ ਰਹੀ ਹੈ। ਪਰ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਅਸਲ ਕਤਲ ਦੇ ਕਾਰਨਾਂ ਦਾ ਖੁਲਾਸਾ ਪੁਲਿਸ ਦੇ ਵੱਲੋਂ ਕੀਤਾ ਜਾਊਗਾ। ਉਹ ਪੰਡਤਾਂ ਨੇ ਕੀਤਾ ਜੀ, ਉਹ ਪੰਡਤਾਂ ਨੇ ਐਂ ਕੀਤਾ ਵੀ ਉਹ ਬੱਚੇ ਨੂੰ ਪਹਿਲਾਂ ਉਹ ਪੰਡਤਾਂ ਨੂੰ ਆਪਣਾ ਗੁਰੂ ਬਣਾਇਆ ਸੀ ਉਸ ਬੰਦੇ ਨੇ।
ਉਸ ਬੱਚੇ ਨੇ ਆਪਣਾ ਗੁਰੂ ਧਾਰਨ ਕੀਤਾ ਸੀਗਾ। ਇਹ ਗੁਰੂ ਵੀ ਇਹੋ ਜਿਹਾ ਕੰਮ ਕਰਨ ਲੱਗ ਗਏ ਜੇ ਮਾਰ ਕੇ ਉਹਦੇ ਵਿੱਚ ਹਵਨ ਕੁੰਡ ਦੇ ਵਿੱਚ ਦੱਬ ਦੇਣ, ਕਿੱਡੀ ਬੜੀ ਭਿਆਨਕ ਗੱਲ ਹੈ, ਕਿੱਡਾ ਬੜਾ ਜੁਰਮ ਹੈ ਜੀ। ਔਰ ਉਦੋਂ ਬਾਅਦ 2 ਤਰੀਕ ਦਾ ਮਰਿਆ, ਹਜੇ ਤੱਕ ਪਤਾ ਨਹੀਂ ਲੱਗਿਆ ਜਵਾਕ ਦਾ ਜੀ। ਪਤਾ ਕੀ ਲੱਗਿਆ? ਕੱਲ੍ਹ ਲੱਗਿਆ, ਜਿਹੜੇ ਉਹਦੀ ਮਾਂ ਨੇ ਥਾਣੇ 'ਚ ਐਪਲੀਕੇਸ਼ਨ ਦਿੱਤੀ ਆ, ਫਿਰ ਜਾ ਕੇ ਪਤਾ ਲੱਗਿਆ ਜੀ। ਮੈਂ ਤਾਂ ਇਸ ਚੀਜ਼ ਨੂੰ ਚਾਹੁੰਦਾ ਜੀ ਵੀ ਇਸ ਬੱਚੇ ਦੇ ਵਾਸਤੇ ਜਿਵੇਂ ਇਹ ਪੰਡਿਤ ਨੇ ਮਾਰਿਆ, ਇਹ ਬਾਹਰਲਾ ਜਿਹੜਾ ਕਾਨੂੰਨ ਹੈ ਉਸ ਕਾਨੂੰਨ ਨੂੰ ਲੈ ਕੇ ਇਹਨਾਂ ਦੇ ਗੋਲੀਆਂ ਮਾਰੀਆਂ ਜਾਣ, ਜਿਵੇਂ ਸੋਧੀ ਯਾਰ ਵਾਲਾ ਕਾਨੂੰਨ ਹੈ। ਇਹਨਾਂ ਨੂੰ ਗੋਲੀਆਂ ਨਾਲ ਇੱਥੇ ਹੀ ਭੁੰਨਿਆ ਜਾਵੇ, ਨਾ ਕੋਈ ਥਾਣਾ, ਨਾ ਕੋਈ ਕਚਹਿਰੀ, ਨਾ ਕੋਈ ਪੁੱਛਤੀਸ ਵੀ ਹੋਣੀ ਚਾਹੀਦੀ ਹੈ ਜੀ। ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਇੱਥੇ। ਜੇ ਇਹਨਾਂ ਦੇ ਬੱਚੇ, ਇਹਨਾਂ ਦੇ ਇਹਨਾਂ ਬੱਚਿਆਂ ਦੀ ਗੋਲੀ ਮਾਰ ਦੇਣੀ ਚਾਹੀਦੀ ਆ ਵੀ ਇਹਨਾਂ ਬੱਚਿਆਂ ਨੂੰ ਵੀ ਇਹੋ ਜਿਹਾ ਕਰਮ ਮਿਲੇ ਵੀ ਮੁੜ ਕੇ ਆ ਕਰਮ ਨਾ ਕਰਨ। ਇੰਨਾ ਸੋਹਣਾ, ਇੰਨਾ ਸੁਨੱਖਾ ਲੜਕਾ ਸੀ, ਇੰਨਾ ਸ਼ਰੀਫ ਲੜਕਾ ਸੀਗਾ, ਜਿਹੜਾ ਕਹਿਣਾ ਹੀ ਬੇਕਾਰ ਹੈ ਜੀ। ਬਹੁਤ ਸ਼ਰੀਫ ਲੜਕਾ ਸੀਗਾ, ਬੇਹੱਦ ਲਾਇਕ ਮੁੰਡਾ ਸੀਗਾ ਜੀ ਘਰ ਦੇ ਵਿੱਚ, ਆਪਣੇ ਮਾਂ ਬਾਪ ਦੀ ਸੇਵਾ ਕਰਨ ਵਾਲਾ, ਆਪਣੇ ਮਾਂ ਬਾਪ ਦੀ ਪੁੱਛਤੀਛ ਕਰਨ ਵਾਲਾ। ਇਹੋ ਜਿਹਾ ਜਵਾਕ ਅਸੀਂ ਨੇ ਦੇਖਣਾ ਨਾ ਦੇਖਿਆ, ਔਰ ਇੰਨਾ ਸੋਹਣਾ ਸੁਨੱਖਾ ਜਵਾਕ ਸੀ, ਸਾਨੂੰ ਸਾਡੇ ਦਿਲ ਨੂੰ ਵੀ ਖਾਂਦਾ ਵੀ ਸਾਡਾ ਜਵਾਕ ਮਰ ਗਿਆ। ਅੰਕਲ, ਸੁਦੀਪ ਦੇ ਜਿਹੜੇ ਫਾਦਰ ਸਾਹਿਬ ਨੇ ਉਹ ਇਲਜ਼ਾਮ ਲਗਾ ਰਹੇ ਨੇ ਕਿ ਤਾਂਤਰਿਕ ਵਿੱਦਿਆ ਦੇ ਤਹਿਤ ਮਾਰਿਆ ਗਿਆ ਸੀ। ਕੀ ਪਤਾ ਜੀ ਕਿਵੇਂ ਮਾਰੇ, ਤਾਂਤਰਿਕ ਵਿੱਦਿਆ ਨਾਲ ਮਾਰਿਆ ਕਿ ਪਤਾ ਕਿਵੇਂ ਮਾਰਿਆ ਜੀ, ਪਰ ਸਾਡਾ ਤਾਂ ਜਵਾਕ ਮਾਰਤਾ ਨੇ ਜੀ ਉਹਨਾਂ ਨੇ, ਸਾਡਾ ਤਾਂ ਬੱਚਾ ਮਾਰਤਾ ਨੇ ਜੀ। ਮੈਂ ਇਹ ਚਾਹੁੰਦਾ, ਮੈਂ ਤਾਂ ਭਗਵੰਤ ਮਾਨ ਜੀ ਨੂੰ ਇਹ ਚਾਹੁੰਦਾ ਵੀ ਭਗਵੰਤ ਮਾਨ ਜੀ ਨੂੰ ਹੱਥ ਬੰਨ ਕੇ ਉਹਨੂੰ ਗੋਲੀਆਂ ਨਾਲ ਮਰਵਾ ਦੇਣ ਜੀ, ਪੰਡਿਤ ਨੂੰ ਵੀ ਕਾਨੂੰਨ ਸੋਧੀ ਯਾਰ ਵਾਲਾ ਹੋਣਾ ਚਾਹੀਦਾ ਵੀ ਗੋਲੀ ਨਾਲ ਭੁੰਨ ਦੇ ਉਹਨੂੰ। ਪਹਿਲਾਂ ਫਾਟਕਾਂ ਦੇ ਕੋਲ 2-3 ਵਾਰੀ ਪਹਿਲਾਂ ਹੀ ਮਰ ਗਏ ਪੰਡਿਤ ਜੀ, ਇਹਨਾਂ ਨੇ ਕੀਤਾ ਹੋਊਗਾ ਕਾਂਡ ਜੀ ਪੰਡਿਤਾਂ ਨੇ ਜੀ। ਯੂਪੀ ਦੇ ਨੇ ਜੀ ਇਹ ਪੰਡਿਤ, ਇਹ ਯੂਪੀ ਦੇ ਨੇਗੇ। ਇਹਨਾਂ ਨੇ ਆਏ ਆ ਵੀ ਕੋਈ ਗੱਦੀ ਨਾ ਸਾਂਭਲੇ, ਕੋਈ ਹੋਰ ਨਾ ਹੋ ਜਾਵੇ। ਇਹ ਤਾਂ ਜਿਹਦਾ ਚੰਗਾ ਗਿਆਨ ਹੋਊਗਾ, ਚੰਗੀ ਪੜ੍ਹਾਈ ਹੋਊਗੀ, ਜਿਹੜਾ ਬੱਚਿਆਂ ਨੂੰ ਮਤਨ ਦਾ ਹੋਊਗਾ, ਚੰਗੇ ਇਨਸਾਨਾਂ ਨੂੰ ਮਤਨ ਦਾ ਹੋਊਗਾ, ਇਹ ਗੱਦੀ ਉਹਦੇ ਵਾਸਤੇ ਹੁੰਦੀ ਆ, ਐਂ ਨਹੀਂ ਬੇਗਿਆਨਾਂ ਵਾਸਤੇ ਗੱਦੀ ਹੁੰਦੀ ਆ। ਉਹਦੇ ਕੋਲ ਗਿਆਨ ਸੀ ਮੁੰਡੇ ਕੋਲ ਜੀ। ਹਾਂ ਜੀ, ਕੀ ਕਹਿਣਾ ਚਾਹੁੰਦੇ ਹੋ? ਤੁਹਾਡੇ ਬੇਟੇ ਦਾ ਜਿਹੜਾ ਕਤਲ ਹੋ ਚੁੱਕਿਆ ਹੈ ਮੰਦਿਰ ਦੇ ਵਿੱਚ, ਇੱਕ ਹਵਨ ਕੁੰਡ ਦੇ ਵਿੱਚ ਦੱਬਿਆ ਗਿਆ, ਉਹਦੀ ਲਾਸ਼ ਹੈ, ਪੁਲਿਸ ਨੇ ਬਰਾਮਦ ਕਰ ਲਈ ਗਈ ਹੈ, ਕੀ ਕਹਿਣਾ ਚਾਹੁੰਦੇ ਇਸ ਬਾਰੇ? ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇੰਨਾ ਦਾ ਤਾਂ ਅੱਜ ਦਾ ਨਹੀਂ ਜੀ, ਬਹੁਤ ਦੇਰ ਦਾ ਮੁੱਢ ਤੋਂ ਇਹ ਕ੍ਰਾਈਮਲ ਬੰਦੇ ਨੇ ਵੱਧ ਰਿਹਾ ਜੀ। ਪਹਿਲਾਂ 3 ਕਤਲ ਪਹਿਲਾਂ ਹੋ ਚੁੱਕੇ ਨੇ, ਇਹਨਾਂ ਨੇ 3 ਕਤਲਾਂ ਦੇ ਵਿੱਚ ਕੋਈ ਛੂਹ ਨਹੀਂ ਹੋਣ ਦਿੱਤੀ। ਸਾਡੇ ਸ਼ਹਿਰ ਦਾ ਇੱਕ 55 ਬੰਦਾ ਇਹਨਾਂ ਦੀ ਫੁੱਲ ਐਂਡ ਫਾਈਨਲ ਸਪੋਰਟ ਕਰਦਾ, ਜੋ ਮੰਦਿਰ ਦਾ ਪ੍ਰਧਾਨ ਬਣਿਆ ਹੋਇਆ ਜੀ। ਨਾ ਉਹਨਾਂ ਦੇ 3 ਬੰਦਿਆਂ ਦਾ ਨਾ ਡਾਕਟਰੀ ਬਣਾ ਹੋਇਆ, ਨਾ ਕੁਛ ਹੋਰ ਹੈ, ਬਾਹਰ ਦੀ ਬਾਹਰ ਬਗੈਰ ਉਸ ਕਰੇ ਤੋਂ ਹੀ ਫੂਕੇ ਗਏ ਨੇ ਜੀ। ਅਤੇ ਉਹੀ ਕੰਮ ਅੱਜ ਮੇਰੇ ਬੇਟੇ ਨਾਲ, ਤਾਂਤਰਿਕ ਵਿੱਦਿਆ ਨਾਲ, ਉਹਦਾ ਹਵਨ ਦੇ ਵਿੱਚ ਉਹਦੀ ਬਲੀ ਦੇਣਾ ਚਾਹੁੰਦੇ ਸੀ ਜੀ। ਇਹ ਤਾਂਤਰਿਕ ਪੰਡਿਤ ਜੀ ਕਿਹੜਾ ਬੰਦਾ ਮਤਲਬ ਕਿ ਸਪੋਰਟ ਕਰਦਾ ਹੈ ਇਹਨਾਂ ਦਾ? ਸਪੋਰਟ ਜੀ ਹੈੱਡ ਹੈੱਡ ਇਹਨਾਂ ਦਾ ਜੀ, ਜੋ ਦਿਮਾਗ ਵਾਲਾ ਬੰਦਾ ਜੀ, ਉਹ ਹੈ ਅਸ਼ੋਕ ਸ਼ਾਸਤਰੀ ਜੀ, ਅਸ਼ੋਕ ਕੁਮਾਰ ਸ਼ਾਸਤਰੀ। ਅਤੇ ਦੂਸਰਾ ਹੈਗਾ ਜੀ ਬਿੰਦਾ ਜੀ, ਇਹਨਾਂ ਦਾ ਪੂਰੀ ਸਪੋਰਟ ਕਰਦਾ। ਉਹ 3 ਪਹਿਲਾਂ ਹੋ ਚੁੱਕੇ, ਇਹਨਾਂ ਨੂੰ ਪੈਸੇ ਪੂਸੇ ਦੇ ਕੇ ਇਸ ਹਿਸਾਬ ਨਾਲ ਕਿਸੇ ਨਾ ਕਿਸੇ ਕੰਪਰੋਮਾਈਜ਼ ਕਰਾ ਦਿੰਦਾ। ਅਤੇ ਇਸ ਕਰਕੇ ਮੇਰੀ ਬੇਨਤੀ ਹੈ ਸਾਰੇ ਸ਼ਹਿਰ ਨੂੰ ਵੀ ਪਹਿਲਾਂ ਤਾਂ ਇਹ ਪੰਡਿਤ ਜਿਹੜੇ ਆਏ ਵੀ ਨਹੀਂ, ਸਾਰੇ ਇੱਕੋ ਹੀ ਨੇ, ਇੱਕੋ ਹੀ ਨੇ ਜੀ, ਸਾਰਾ ਪਰਿਵਾਰ ਇਕੱਠਾ ਹੋਇਆ ਪਿਆ ਸ਼ਹਿਰ ਦੇ ਵਿੱਚ। ਹਰੇਕ ਮੰਦਿਰ ਦੇ ਵਿੱਚ ਇਹੀ ਗੁੰਡੇ ਆਏ ਵੇ ਨੇ, ਇਹਨਾਂ ਗੁੰਡਿਆਂ ਨੂੰ ਸ਼ਹਿਰ ਦੇ ਵਿੱਚੋਂ
ਬਾਹਰ ਕੱਢਿਆ ਜਾਵੇ, ਨਹੀਂ ਮੇਰਾ ਤਾਂ ਗਿਆ, ਇਹ ਤੋਂ ਬਾਅਦ ਕਿਸੇ ਹੋਰ ਦਾ ਨਾ ਚੱਲਿਆ ਜਾਵੇ, ਕਿਸੇ ਹੋਰ ਦਾ ਨਾ ਚੱਲਿਆ ਜਾਵੇ।